ਔਰ ਦੇਖੋ ਇੱਕ ਜਿੱਦਾਂ ਦੇ ਸੰਸਕਾਰ ਬੰਦੇ ਨੂੰ ਫੈਮਿਲੀ ਚੋਂ ਮਿਲਦੇ ਹੈਗੇ ਆ, ਤੁਸੀਂ ਪੰਜਾਬੀ ਫੈਮਿਲੀ ਨਾਲ ਬਿਲੋਂਗ ਕਰਦੇ ਹੋ ਹਨਾ, ਆਪਣੀਆਂ ਫੈਮਿਲੀਆਂ ਦੇ ਵਿੱਚ ਇੱਕ ਗੱਲ ਜਿਹੜੀ ਬੜੀ ਖਾਸ ਤੌਰ ਤੇ ਹੁੰਦੀ ਹੈ, ਤੁਸੀਂ ਜਦੋਂ ਰੈਪ ਸ਼ੁਰੂ ਕੀਤਾ ਹੋਣਾ ਘਰਦਿਆਂ ਨੇ ਕਿਹਾ ਬੇਬੇ ਮੈਂ ਛਿੱਤਰ ਮਾਰੂ ਪਾਪਾ ਮੈਂ ਨਾ ਰੈਪ ਕਰ ਬਹਿ ਜਾ ਟਿੱਕੇ ਰੈਪ ਆ ਬਕ ਬਕ ਜਿਹੜਾ ਬੰਦਾ ਕਰ ਰਿਹਾ ਕਾਲਾ ਉਹ ਕਰਨਾ ਤੂੰ, ਮੈਂ ਚਲੋ ਮੈਂ I gave up, ਮੈਂ ਸਮਝਾ ਨਹੀਂ ਪਾਇਆ ਉਹਨਾਂ ਨੂੰ ਰੈਪ ਕੀ ਹੁੰਦਾ। ਫਿਰ ਉਹਨਾਂ ਨੇ ਮੇਰਾ ਗਾਣਾ ਸੁਣਿਆ ਬੰਦੂਕ, ਅੱਛਾ ਕਹਿੰਦੇ ਅੱਜ ਇਹ ਕੰਮ ਵਧੀਆ ਕੀਤਾ ਤੂੰ, ਕੀ ਬਾਤ ਹੈ। ਬਟ ਉਹ ਸਪੋਰਟਿਵ ਨਹੀਂ ਸੀ, ਅੱਛਾ, ਕਿਉਂਕਿ ਇਹ ਜਿਹੜੀ ਇੰਡਸਟਰੀ ਹੈ ਤੁਹਾਨੂੰ ਪਤਾ ਹੀ ਹੈ, ਵੈਰੀ ਕੰਪੀਟੀਟਿਵ, ਵੈਰੀ ਕੱਟ ਥਰੋਟ। ਉਹਨਾਂ ਨੂੰ ਲੱਗਦਾ ਵੀ ਮੁੰਡਾ ਗਲਤ ਪਾਸੇ ਨਾ ਪੈ ਜੇ, ਬੰਦੇ ਕਿੱਦਾਂ ਦੇ ਨੇ ਜਿਹਨਾਂ ਦੇ ਨਾਲ ਕੰਮ ਕਰਦਾ, ਤੇ ਦੇਵਰ ਓਬਵੀਅਸਲੀ ਥੋੜਾ ਜਿਹਾ ਸੀਗਾ ਉਹਨਾਂ ਨੂੰ ਪ੍ਰੋਬਲਮ ਤਾਂ ਸੀ। ਬਟ ਫਿਰ ਜਦੋਂ ਪੈਸਾ ਆਉਣਾ ਸ਼ੁਰੂ ਹੋਇਆ, ਪੈਸਾ ਉਹਨਾਂ ਦੇ ਵਾਸਤੇ ਨਹੀਂ, ਪੈਸਾ ਮੇਰੇ ਵਾਸਤੇ। ਪੇਰੈਂਟਸ ਵਾਂਟ ਵੀ ਮੁੰਡਾ ਆਪਣੇ ਪੈਰਾਂ ਤੇ ਆਪਣਾ ਆਪ ਕਮਾਉਂਦਾ, ਆਪ ਖਾਂਦਾ। ਯੈਸ, ਹਾਂ, ਬਸ ਉਹੀ ਚੀਜ਼। ਫਿਰ ਉਹਨਾਂ ਨੂੰ ਲੱਗਿਆ ਵੀ ਹਾਂ ਚਲੋ ਠੀਕ ਹੈ। ਫਿਰ ਉਹ ਤੋਂ ਬਾਅਦ ਜਦ ਡੈਡੀ ਨਾਲ ਗੱਲਾਂ ਹੁੰਦੀਆਂ, ਮਤਲਬ ਡੈਡੀ ਪਾਰਕ 'ਚ ਸੈਰ ਕਰਨ ਜਾਂਦੇ, ਫਿਰ ਕਹਿੰਦੇ ਵੀ ਮੈਂ ਤੁਹਾਡਾ ਮੁੰਡਾ ਕੀ ਕਰਦਾ, ਵੀ ਉਹ ਸਿੰਗਰ ਹੈ, ਕਿਹੜਾ ਗਾਣਾ ਗਾਇਆ ਉਹਨੇ, ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ। ਫਿਰ ਡੈਡੀ ਨਾਲ ਫੋਟੋਆਂ ਖਿਚਾਉਣ ਲੱਗ ਪਏ ਮੁੰਡੇ, ਵੈਰੀ ਗੁੱਡ। ਫਿਰ ਵਧੀਆ ਲੱਗਿਆ ਉਹਨਾਂ ਨੂੰ, ਬਾਪੂ ਦੀ ਟੌਰ ਬਣਾ ਦਿੱਤੀ। ਲਾਈਨ ਵੀ ਪਾਏ ਕਦੀ ਗਾਣੇ, ਬਾਪੂ ਦੀ ਟੌਰ ਬਣਾ ਦਿੱਤੀ। ਅੱਛਾ ਦੇਖੋ ਇੱਕ ਗੱਲ ਹੁੰਦੀ ਹੈ, ਜਦੋਂ ਤੁਹਾਡੇ ਮੰਮੀ ਡੈਡੀ ਨੂੰ ਪਤਾ ਹੈ ਕਿ ਮੁੰਡਾ ਰੈਪ ਕਰਦਾ, ਤੁਹਾਡੇ ਅਲੱਗ ਅਲੱਗ ਗਾਣੇ ਦੇ ਰੈਪ ਹੁੰਦੇ ਆ, ਸੱਚੀ ਸੱਚੀ ਦੱਸਿਓ, ਤੁਹਾਡੇ ਡੈਡੀ ਜਾਂ ਮੰਮੀ ਨੇ ਕੋਈ ਰੈਪ ਤੁਹਾਡਾ ਹੀ ਕੁਛ ਲਾਈਨਾਂ ਤੁਹਾਨੂੰ ਸੁਣਾਈਆਂ ਹੋਣ? ਨਹੀਂ, ਐਸਾ ਕਦੀ ਰਿਹਾ? ਉਹ ਸੁਣਦੇ ਸਾਰੇ ਨੇ, ਹਾਂ, ਤੇ ਉਹ ਜਜਮੈਂਟ ਵੀ ਪਾਸ ਕਰ, ਇਹ ਨਹੀਂ ਚੱਲਣਾ ਤੇਰਾ, ਇਹ ਚੱਲੂਗਾ ਬਹੁਤ ਜ਼ਿਆਦਾ, ਦੇਖੀ ਬਹੁਤ ਸੁਣਦੇ। ਮੇਰੇ ਘਰ ਆਈ ਥਿੰਕ 24 ਘੰਟਿਆਂ ਤੋਂ ਲਾਈਕ ਮੈਕਸੀਮਮ ਟਾਈਮ ਪੰਜਾਬੀ ਚੈਨਲ ਲੱਗਿਆ ਹੁੰਦਾ। ਮੇਰੇ ਮੰਮੀ ਪਾਪਾ ਨੂੰ ਸਾਰਾ ਪਤਾ ਵੀ ਅਮਰਿੰਦਰ ਭਾਜੀ ਦਾ ਕਿਹੜਾ ਨਵਾਂ ਗਾਣਾ ਆਇਆ, ਦਿਲਜੀਤ ਭਾਜੀ ਦਾ ਕਿਹੜਾ ਨਵਾਂ ਗਾਣਾ ਆਇਆ, ਗਿੱਪੀ ਭਾਜੀ ਦਾ, ਸਾਰੇ ਲੇਟੈਸਟ ਗਾਣੇ ਉਹਨਾਂ ਨੂੰ ਪਤਾ ਨੇ, ਉਹ ਮੈਨੂੰ ਦੱਸਦੇ ਨੇ ਉਹਦਾ ਨਵਾਂ ਗਾਣਾ ਸੁਣਿਆ ਕਿੰਨਾ ਵਧੀਆ, ਉਹਦਾ ਤਾਂ ਕੁਝ ਕਰ। ਮੈਂ ਕਿਹਾ ਚਲੋ ਕਰਦੇ ਹਾਂ, ਮੈਨੂੰ ਨੀ ਪਤਾ ਹੁੰਦਾ, ਬਟ ਉਹਨਾਂ ਨੂੰ ਦੇ ਆਰ ਵੈਰੀ ਅਵੇਅਰ ਨਾਓ। ਦੇਖੋ ਸਾਡੇ ਲਈ ਤਾਂ ਤੁਸੀਂ ਬਾਦਸ਼ਾਹ ਹੋ, ਹਾਂਜੀ ਹਾਂਜੀ, ਬੇਬੇ ਬਾਪੂ ਲਈ ਕੀ ਹੋ, ਕੀ ਕਹਿੰਦੇ ਹੁਣ? ਆਦੀ ਬਿੱਟੂ, ਬਿੱਟੂ, ਬਿੱਟੂ। ਬੇਬੇ ਬਾਪੂ ਦਾ ਤੁਹਾਡਾ ਗਾਇਆ ਹੋਇਆ ਕਿਹੜਾ ਗਾਣਾ ਫੇਵਰਟ ਹੈ, ਜਿਹੜਾ ਉਹ ਅਕਸਰ ਜਦੋਂ ਤੁਸੀਂ ਫੈਮਿਲੀਆਂ ਚ, ਜਦੋਂ ਫੈਮਿਲੀ ਨਾਲ ਤੁਸੀਂ ਜਾਂਦੇ ਹੋ ਰਿਸ਼ਤੇਦਾਰਾਂ ਚ, ਜਦੋਂ ਕਹਿੰਦੇ ਬਿੱਟੂ ਉਹ ਲਸਣਾ ਕਿਹੜਾ ਕਹਿੰਦੇ ਹੁੰਦੇ ਆ? ਉਹਨਾਂ ਨੂੰ ਪਤਾ ਵੀ ਮੈਂ ਬਹੁਤ ਸ਼ਰਮੀਲਾ ਜਿਹਾ, ਮੈਂ ਫੈਮਿਲੀ ਫੰਕਸ਼ਨਸ ਉਹਦਾ ਵੀ ਅਟੈਂਡ ਨਹੀਂ ਕਰਦਾ ਜ਼ਿਆਦਾ, ਨਹੀਂ ਮੈਂ ਮੈਨੂੰ ਪਤਾ ਵੀ ਸਾਰੀ ਜਗ੍ਹਾ ਉਹੀ ਚੀਜ਼ਾਂ ਨੇ, ਬਟ ਉਹਨਾਂ ਨੂੰ ਸਾਰੇ ਗਾਣੇ ਵਧੀਆ ਲੱਗਦੇ ਨੇ। ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ, ਸਾਰੀ ਵਧੀਆ, ਉਹਨਾਂ ਪ੍ਰੋਪਰ ਪਟੋਲਾ ਬਹੁਤ ਵਧੀਆ ਲੱਗਦਾ ਉਹਨਾਂ ਨੂੰ, ਦੇ ਲਾਈਕ ਆਲ ਮਾਈ ਸੌਂਗਸ।